ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੀ ਕੌਮ ਦੇ ਦਰਸ਼ਕੋ, ਇਸ ਵੇਲੇ ਅਸੀਂ ਪਿੰਡ ਧਨੋਵਾਲੀ ਦੇ ਵਿੱਚ ਖੜ੍ਹੇ ਹਾਂ ਅਤੇ ਗਰਾਊਂਡ ਦੇ ਵਿੱਚ ਹਾਂ। ਅਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਹਰ ਸ਼ਹਿਰ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਇਲਾਕੇ ਦੇ ਵਿੱਚ ਖੇਡਾਂ ਹੁੰਦੀਆਂ ਹਨ। ਇਸ ਪਿੰਡ ਦੇ ਵਿੱਚ ਵੀ ਬਹੁਤ ਵਧੀਆ ਖੇਡਾਂ ਜਿਹੜੀਆਂ ਹੋਣ ਜਾ ਰਹੀਆਂ। ਹਾਕੀ ਦਾ ਟੂਰਨਾਮੈਂਟ, ਵਾਲੀਬਾਲ ਦਾ ਟੂਰਨਾਮੈਂਟ ਹੋਣ ਜਾ ਰਿਹਾ 25, 26 ਅਤੇ 27 ਤਰੀਕ ਨੂੰ। ਉਹਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਹੋਏ ਹਨ ਨੌਜਵਾਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਕੀ ਨਾਂ ਜੀ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਤੁਸੀਂ ਇੱਥੇ ਜਿਹੜਾ ਟੂਰਨਾਮੈਂਟ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬੜਾ ਬਹੁਤ ਸ਼ਲਾਘਾਯੋਗ ਕਦਮ ਆ ਜੀ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਔਰ NRI ਜਿਹੜੇ ਵੀਰ ਆ ਸਾਡੇ ਨਾਲ ਲੱਗੇ ਹੋਏ ਆ ਔਰ ਜੁੜੇ ਹੋਏ। ਜਿਸ ਤਰ੍ਹਾਂ ਸਾਨੂੰ ਸਹਾਇਤਾ ਚਾਹੀਦੀ ਆ, ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਦਿੰਦੇ ਆ। ਬਾਕੀ ਸਾਨੂੰ ਕੁਛ ਸੀਨੀਅਰ ਪਲੇਅਰ ਆ, ਜਿੱਦਾਂ ਸਾਡੇ ਵਰਿੰਦਰ ਸਿੰਘ ਜੀ ਓਲੰਪੀਅਨ ਆ, ਜੋ ਕਿ ਅਰਜੁਨ ਅਵਾਰਡ ਆ, ਧਿਆਨ ਚੰਦ ਅਵਾਰਡ ਆ, ਉਹ ਸਾਨੂੰ ਕਾਫੀ ਸਹਿਯੋਗ ਦਿੰਦੇ ਹਨ ਔਰ ਗਾਈਡੈਂਸ ਸਾਨੂੰ ਆਪਣੇ ਗੁਰਮੀਤ ਅੰਕਲ ਵੱਲੋਂ ਔਰ DSP ਸਾਹਿਬ ਕਾਫੀ ਇੱਥੇ ਬੈਠੇ ਆ, ਗੁਰਜੀਤ ਸਿੰਘ ਜੀ ਵੱਲੋਂ ਸਾਰਿਆਂ ਵੱਲੋਂ ਸਾਨੂੰ ਮਿਲਦੀ ਆ ਰਹੀ ਹੈ। ਅਤੇ ਤੁਸੀਂ, ਤੁਹਾਡੇ ਹੋਰ ਮਨ ਦੇ ਵਿੱਚ ਕੀ ਚਾਹੁੰਦਾ ਹੈ ਕਿ ਇਸ ਪਿੰਡ ਦੇ ਵਿੱਚ ਜਿਹੜਾ ਖੇਡਾਂ ਦੇ ਸੰਬੰਧ ਵਿੱਚ ਹੋਣਾ ਚਾਹੀਦਾ? ਬਸ ਇਹੀ ਆ ਜੀ, ਸਾਨੂੰ ਤਾਂ ਬਸ ਖੇਡ ਚੱਕਣ ਲਈ ਇੱਕ ਸਪੋਰਟ ਹੀ ਚਾਹੀਦੀ ਆ ਜੀ। ਹੋਰ ਤਾਂ ਸਾਨੂੰ ਕੁਛ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਬਸ ਇੱਕ ਸਪੋਰਟ ਹੀ ਮੇਨ ਹੁੰਦਾ ਖਿਡਾਰੀ ਦਾ ਘਰੋਂ ਔਰ ਫਾਈਨੈਂਸ਼ਲੀ ਜੋ ਵੀ ਹੈ ਸਪੋਰਟ ਜਿਹੜੀ ਚਾਹੀਦੀ ਹੁੰਦੀ ਹੈ। ਧੰਨਵਾਦ ਜੀ। ਕੀ ਨਾਂ ਜੀ ਆਪਣਾ? ਗੁਰਜੀਤ ਸਿੰਘ। ਗੁਰਜੀਤ ਸਿੰਘ ਜੀ, ਤੁਸੀਂ ਜਿਹੜਾ ਟੂਰਨਾਮੈਂਟ ਹੋ ਰਿਹਾ ਹੁਣ ਜਾ ਰਿਹਾ 25, 26, 27 ਨੂੰ, ਅਤੇ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ, ਕਿਉਂਕਿ ਆਵਾਜ਼ ਕੌਮ ਰਾਹੀਂ ਸਾਰੀ ਦੁਨੀਆ ਨੇ ਤੁਹਾਡੀ ਆਵਾਜ਼ ਸੁਣੀ? ਟੂਰਨਾਮੈਂਟ ਅਸੀਂ ਹਰ ਸਾਲ ਹੀ ਕਰਾ ਰਹੇ ਜੀ, ਹਾਕੀ ਦਾ 8 ਸਾਲਾਂ ਤੋਂ ਕਰਾ ਰਹੇ ਜੀ। ਵਧੀਆ ਨਿਆਣੇ ਪਲੇਅਰ ਨਿਕਲਦੇ ਆ ਜੀ, ਸਾਡੇ ਖਡੂਰ ਸਾਹਿਬ ਵੀ ਖੇਡਦੇ ਆ ਅਕੈਡਮੀ 'ਚ, ਇੱਥੇ ਵੀ ਵਧੀਆ ਟੀਮਾਂ ਬਣਾ ਕੇ ਜੀ, ਵਧੀਆ ਟੀਮਾਂ ਆਉਂਦੀਆਂ ਸਾਡੇ ਕੋਲ ਅਕੈਡਮੀਆਂ ਦੀਆਂ, ਹਰ ਸਾਲ ਹੀ ਕਰਾਉਂਦੇ ਜੀ ਅਸੀਂ। ਠੀਕ ਆ, ਹਾਂਜੀ। ਅਤੇ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਇੱਥੇ 25, 26, 27 ਲਈ ਜਿਹੜਾ ਟੂਰਨਾਮੈਂਟ? ਇੱਥੇ ਹਮਾ ਕੇ ਸੰਗਤਾਂ ਪਹੁੰਚਣ, ਸਾਰੀਆਂ ਬੇਨਤੀ ਕਰਦੇ ਅਸੀਂ ਸਾਰਿਆਂ ਨੂੰ, ਰਿਹਾਇਸ਼ ਦਾ ਵੀ ਪ੍ਰੋਗਰਾਮ ਆ ਸਾਡੇ ਕੋਲ, ਰਹਿਣ ਦਾ ਵੀ, ਲੰਗਰ ਪਾਣੀ ਦਾ, ਚਾਹ ਪਾਣੀ ਦਾ ਸਾਰਾ ਜੀ ਸਹਿਯੋਗ ਆ। ਵਾਲੀਬਾਲ ਦੀਆਂ ਟੀਮਾਂ ਵੀ ਪਹੁੰਚਣਾ ਹਮਾ ਕੇ ਸਾਰੀਆਂ। ਧੰਨਵਾਦ ਜੀ। ਹਾਂਜੀ ਭਾਈ ਬਲਕਾਰ ਸਿੰਘ ਜੀ, ਤੁਸੀਂ ਜਦੋਂ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਪਿੰਡ ਵਾਲੇ, ਅਤੇ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀਆਂ ਸੰਗਤਾਂ ਦਾ ਔਰ ਪੂਰੇ NRI ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੱਥੇ ਪਹੁੰਚ ਕੇ ਆਪਣਾ ਯੋਗਦਾਨ ਪਾਉਂਦੇ ਨੇ ਔਰ ਵੱਧ ਤੋਂ ਵੱਧ ਸਾਨੂੰ ਮਾਇਆ ਦੇ ਕੇ ਸਨਮਾਨਿਤ ਕਰਦੇ ਨੇ, ਔਰ ਅਸੀਂ ਉਹਨਾਂ ਦੀ ਬਦੌਲਤ ਹੀ ਇਹ ਟੂਰਨਾਮੈਂਟ ਕਰਾਉਂਦੇ ਹਾਂ। ਇਹਨਾਂ ਟੂਰਨਾਮੈਂਟਾਂ ਦੇ ਵਿੱਚ ਇਹ ਹੁੰਦਾ ਜੀ ਕਿ ਬੱਚੇ ਆਪਣੀ ਪਲੇਅਰ ਦੀ ਜਿਹੜੀ ਸਪੋਰਟਸਮੈਨਸ਼ਿਪ ਆ ਉਹ ਬਾਹਰ ਆਉਂਦੀ ਆ, ਦਿਖਾਲਦੇ ਆ, ਵੀ ਇਸ ਤੋਂ ਹੀ ਬੱਚੇ ਗਾਹਾਂ ਵੱਡੀਆਂ ਟੀਮਾਂ 'ਚ ਜਾਂਦੇ ਨੇ। ਅਸੀਂ ਸਾਰਿਆਂ ਵੀਰਾਂ ਦਾ, ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜੋ ਇਹ ਟੂਰਨਾਮੈਂਟ ਨਿਰੰਤਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਵੱਧ ਤੋਂ ਵੱਧ ਇਹ ਸਾਨੂੰ ਸਹਿਯੋਗ ਦੇ ਕੇ ਟੂਰਨਾਮੈਂਟ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਜੀ। ਕੀ ਨਾਂ ਜੀ? ਕੋਈ ਨਹੀਂ, ਫਤਿਹ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ। ਵਰਿੰਦਰ ਸਿੰਘ ਜੀ। ਹਾਂਜੀ ਵਰਿੰਦਰ ਸਿੰਘ ਜੀ, ਟੂਰਨਾਮੈਂਟ ਹੋਣ ਜਾ ਰਿਹਾ, ਬਈ ਕਿਵੇਂ ਤੁਹਾਨੂੰ ਲੱਗਦਾ ਰੌਣਕਾਂ ਹੁਣ ਤੋਂ ਹੀ ਜੁੜ ਰਹੀਆਂ? ਮੈਂ ਕਿਹਾ ਜੀ ਬਹੁਤ ਬਹੁਤ ਆਪਣੇ NRI ਵੀਰਾਂ ਦਾ ਧੰਨਵਾਦ ਆ, ਆ ਕੇ ਸਾਡੇ ਹਰ ਸਾਲ 8 ਸਾਲ ਹੋ ਗਏ ਇਹ ਟੂਰਨਾਮੈਂਟ ਕਰਾਉਂਦੇ ਆ, ਤਾਂ ਬਹੁਤ ਰੌਣਕਾਂ ਲੱਗਦੀਆਂ। ਅਸੀਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ NRI ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਨਾਂ ਜੀ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣ ਨੂੰ ਤਾਂ ਜੀ ਬਹੁਤ ਕੁਛ ਆ, ਕਹਿ ਦਿਓ ਜੋ ਕੁਛ ਹੈਗਾ ਮੇਰੇ ਦਿਲ 'ਚ ਮੈਂ ਕਹਿ ਹੀ ਦੇਣਾ। ਹਾਂਜੀ, ਇਸ ਟੂਰਨਾਮੈਂਟ ਦੇ ਕਰਾਉਣ ਦੇ ਵਿੱਚ ਸਾਡੇ ਪਿੰਡ ਦਾ ਔਰ ਸਾਡੇ NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ। ਇਹਨਾਂ ਦਾ ਮੁੱਖ ਟੀਚਾ ਜਿਹੜਾ ਹੈਗਾ ਆ ਇਸ ਟੂਰਨਾਮੈਂਟ ਨੂੰ ਕਰਾਉਣ ਦਾ, ਵੀ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜ਼ਿਆਦਾ ਹੋ ਰਿਹਾ ਆ, ਵੀ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲਿਆ ਕੇ ਗੇਮ ਵਾਲੇ ਪਾਸੇ ਲਾ ਕੇ ਉਹਨਾਂ ਨੂੰ ਉੱਧਰੋਂ ਦੂਰ ਕੀਤਾ ਜਾ ਸਕੇ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਿਆ ਹੀ ਹੋਣਾ ਆ ਹਰ 1-2 ਦਿਨ ਦੇ ਬਾਅਦ ਕਿਤੇ ਨਾ ਕਿਤੇ ਓਵਰਡੋਜ ਦੇ ਨਾਲ ਬੱਚੇ ਸਾਡੇ ਜਿਹੜੇ ਆ ਮੌਤ ਦੇ ਮੂੰਹ ਵਿੱਚ ਜਾ ਰਹੇ ਆ, ਅਤੇ ਉਹਦੇ ਵਾਸਤੇ ਅਸੀਂ ਗੌਰਮੈਂਟ ਨੂੰ ਵੀ ਅਪੀਲ ਕਰਾਂਗੇ, ਪਰ ਗੌਰਮੈਂਟ ਕਰ ਤਾਂ ਕੁਛ ਰਹੀ ਆ, ਪਰ ਉਹਦੇ ਨਾਲ ਨਾਲ ਜਿੱਦਾਂ ਪਿੰਡ ਦੀਆਂ ਪੰਚਾਇਤਾਂ ਹੈਗੀਆਂ
ਉਹਨਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਇਹਦੇ ਵਿੱਚ, ਕਿਉਂਕਿ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੇ ਖਿਲਾਫ਼ ਉੱਠਣੇ ਆਵਾਜ਼ ਉਠਾਉਣੀ ਚਾਹੀਦੀ ਆ। ਪਰ ਅਸੀਂ ਲੋਕ ਇਲਾਜ ਨੂੰ ਉਹਨਾਂ ਦੇ ਖਿਲਾਫ਼ ਆਵਾਜ਼ ਨਹੀਂ ਉਠਾ ਰਿਹਾ, ਇਹ ਸਾਡਾ ਜਿਹੜਾ ਮੁੱਖ ਘਾਟਾ ਹੈਗਾ ਆ। ਅਸੀਂ ਇਹਦੇ ਵਾਸਤੇ ਫਿਰ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਇਸ ਪਾਸੇ ਲਾਓ, ਤਾਂ ਕਿ ਲੋਕ ਜਿਹੜੇ ਨਸ਼ਿਆਂ ਤੋਂ ਦੂਰ ਹੋ ਸਕਣ। ਟੂਰਨਾਮੈਂਟ ਵਾਸਤੇ ਵੀ ਜਿਹੜੇ ਪਿੰਡਾਂ ਵਿੱਚ ਟੂਰਨਾਮੈਂਟ ਹੁੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ, ਤਾਂ ਕਿ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕਣ, ਅਤੇ ਬੱਚਿਆਂ ਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡੀ ਉਹਨੂੰ ਅੱਗੇ ਲਿਆ ਕੇ ਜਿਸ ਤਰ੍ਹਾਂ ਨੈਸ਼ਨਲ ਪੱਧਰ ਦੇ ਜਾਂ ਇੰਟਰਨੈਸ਼ਨਲ ਟੂਰਨਾਮੈਂਟ ਹੁੰਦੇ ਆ ਉਹਨਾਂ ਵਿੱਚ ਬੱਚੇ ਜਾ ਸਕਣ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨਵਾਦ ਜੀ। ਕੀ ਨਾਂ ਜੀ ਭਾਈ ਸਾਹਿਬ? ਜੋਗਿੰਦਰ ਸਿੰਘ। ਜੋਗਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਆ ਵੀ ਸਾਡੇ ਪਿੰਡ ਜਿਹੜਾ ਟੂਰਨਾਮੈਂਟ ਹੋ ਰਿਹਾ, ਹਾਂਜੀ, ਇਹਦੇ ਵਿੱਚ ਸ਼ੁਰੂ ਕਰਨ ਦਾ ਜ਼ਿਆਦਾ ਸਹਿਯੋਗ ਜਿਹੜਾ ਸਾਡੇ NRI ਵੀਰਾਂ ਦਾ ਹੈ। ਉਸ ਤੋਂ ਬਾਅਦ ਸਾਡੇ ਜਿਹੜੇ ਪਹਿਲਾਂ ਓਲੰਪੀਅਨ ਵਰਿੰਦਰ ਸਿੰਘ ਜੀ ਹੋਏ ਆ, ਉਹਨਾਂ ਨੇ 1975 ਜਿਹੜਾ ਓਲੰਪਿਕ ਜਿੱਤਾ ਉਹਨਾਂ ਦੇ ਮੈਂਬਰ ਸੀਗੇ, ਉਹਨਾਂ ਦਾ ਸਹਿਯੋਗ ਹੈ। ਫਿਰ ਗੁਰਜੀਤ ਸਿੰਘ DSP ਹੈ ਸਾਡੇ, ਇਹ ਪੁਲਿਸ 'ਚ ਬਹੁਤ ਵਧੀਆ ਸਪੋਰਟਸਮੈਨ ਰਹੇ ਆ। ਇਹਨਾਂ ਸਾਰਿਆਂ ਨੇ ਮਿਲ ਕੇ ਇੱਕ, ਔਰ ਜਿਹੜੇ ਨਵੇਂ ਮੁੰਡੇ ਸਾਡੇ ਜੰਗ ਆ, ਇਹਨਾਂ ਨੇ ਮਿਲ ਕੇ ਕੋਸ਼ਿਸ਼ ਕੀਤੀ। ਪਹਿਲਾਂ ਨਹੀਂ ਸੀ ਹੁੰਦਾ, ਇੱਥੇ ਕੋਸ਼ਿਸ਼ ਕੀਤੀ ਵੀ ਬੱਚੇ ਸਾਡੇ ਜਿਹੜੇ ਇੱਧਰ ਉੱਧਰ ਜਾ ਰਹੇ ਆ ਗਲਤ ਉਹਦੇ 'ਚ, ਨਸ਼ਿਆਂ 'ਚ ਜਿਸ ਤਰ੍ਹਾਂ ਪਹਿਲਾਂ ਦੱਸਿਆ, ਉਹਨਾਂ ਨਾ ਜਾਣ। ਉਹਨਾਂ ਦਾ ਤਰੀਕਾ ਇਹੀ ਆ ਵੀ ਬੱਚਿਆਂ ਨੂੰ ਇੱਥੇ ਕੋਚ ਵੀ ਲਾ ਦਿੱਤਾ ਗਿਆ ਆ, ਵਰਿੰਦਰ ਭਾਅ ਜੀ ਦੇ ਉਹਦੇ ਕਹਿਣ 'ਤੇ ਇੱਥੇ ਕੋਚ ਸਾਨੂੰ ਮਿਲਿਆ ਆ। ਸ਼ਾਮ ਨੂੰ ਕੋਚ ਆਉਂਦਾ ਆ ਔਰ ਪੂਰੇ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਆ, ਡਾਇਟ ਵੀ ਮਿਲ ਰਹੀ ਆ। ਸਾਡੀ ਤਾਂ ਇਹੀ ਅਪੀਲ ਆ, ਇੱਕ ਤਾਂ ਜਿੱਦਾਂ NRI ਵੀਰ ਸਾਡੇ ਕਰਦੇ ਆ, ਇਸ ਤਰ੍ਹਾਂ ਬਾਕੀ ਵੀ ਜਿਹੜੇ ਨਹੀਂ ਕਰਦੇ ਉਹ ਵੀ ਸਹਿਯੋਗ ਕਰਨ, ਔਰ ਜਿਹੜੇ ਪਿੰਡ ਦੇ ਲੋਕ ਆ ਸਾਡੇ, ਸਭ ਤੋਂ ਪਹਿਲਾਂ ਸਾਨੂੰ ਪਿੰਡ ਦਿਆਂ ਨੂੰ ਉਸ ਤੋਂ ਜ਼ਿਆਦਾ ਕਰਨਾ ਚਾਹੀਦਾ, ਤਾਂ NRI ਵੀਰ ਜਿਹੜੇ ਉਹਨਾਂ ਦਾ ਉਤਸ਼ਾਹ ਬਣਦਾ ਵੀ ਜੇ ਅਸੀਂ 10 ਰੁਪਈਏ ਪਾਉਂਦੇ, ਅਸੀਂ 10 ਪਾਉਂਦੇ ਪਿੰਡ ਵਾਲੇ 10 ਪਾਉਂਦੇ ਤਾਂ ਅਸੀਂ 100 ਪਾਉਂਦੇ ਹਾਂ, ਇਹ ਤਦ ਫਿਰ ਉਤਸ਼ਾਹ ਬਣਦਾ ਆ। ਔਰ ਦੂਸਰਾ, ਜਦ ਮਾਂ ਪਿਓ ਉਤਸ਼ਾਹ ਕਰੂਗਾ ਤਾਂ ਬੱਚੇ ਦੇ ਉਤਸ਼ਾਹ ਤਦੇ ਹੀ ਆਉਂਦਾ ਹੈ। ਅਤੇ ਇਸ ਕਰਕੇ ਮੇਰਾ ਤਾਂ ਇਹੀ ਅਪੀਲ ਵੀ ਆ ਪਿੰਡ ਵਾਲਿਆਂ ਨੂੰ ਵੀ, ਇਲਾਕਾ ਨਿਵਾਸੀਆਂ ਨੂੰ ਵੀ, ਜਿਹੜਾ ਟੂਰਨਾਮੈਂਟ ਆ ਰਿਹਾ ਇਹਦੇ 'ਚ ਵੱਧ ਚੜ੍ਹ ਕੇ ਆ ਕਰਕੇ ਸਹਿਯੋਗ ਕਰਨ, ਰੌਣਕ ਵਧਾਉਣ, ਇਹਦੇ 'ਚ ਹਰੇਕ ਚੀਜ਼ ਰਹਿਣ ਖਾਣ ਪੀਣ ਸਾਰੀ ਸਹੂਲਤ ਆ, ਹੈਂ, ਅਤੇ ਉਹਦੇ 'ਚ ਕੋਈ ਕਿਸੇ ਨੂੰ ਦਿੱਕਤ ਨਹੀਂ ਹੋਊਗੀ। ਤਾਂ ਮੇਰੀ ਤਾਂ ਇਹੀ ਅਪੀਲ ਆ ਕਿ ਉਹ ਆਉਣ, ਆ ਕੇ ਰੌਣਕ ਵੀ ਦਵਾਉਣ, ਔਰ ਦੇਖ ਕੇ ਕੀ ਹੁੰਦਾ ਵੀ ਪੂਰੇ ਜਿੱਦਾਂ ਇਲਾਕਾ ਆਉਂਦਾ ਆ ਉਹਦੇ ਨਾਲ ਬੱਚੇ ਆਉਂਦੇ ਆ, ਸਾਨੂੰ ਉਹ ਯਾਦਾਂ ਆਉਂਦੀਆਂ ਜਦੋਂ ਪੁਰਾਣੇ ਓਲੰਪੀਅਨ ਦੇ ਉਹਨਾਂ ਦਾ ਦੇਖਦੇ ਹਾਂ, ਅਤੇ ਬੱਚੇ ਨੂੰ ਹੁੰਦਾ ਵੀ ਮੈਂ ਵੀ ਉਹੀ ਬਣਨਾ। ਇਹਦਾ ਬੱਚਿਆਂ 'ਤੇ ਔਰ ਮਾਂ ਪਿਓ 'ਤੇ ਵੀ ਅਸਰ ਪੈਂਦਾ ਹੈ। ਜਿਹੜਾ ਮਾਂ ਪਿਓ ਤੁਸੀਂ ਦੇਖਿਆ ਹੋਊਗਾ ਕੋਈ ਸਪੋਰਟਸਮੈਨ ਆ, ਉਹ ਬੱਚੇ ਆਪਣੇ ਨੂੰ ਜ਼ਰੂਰ ਇਹ ਕਹੂਗਾ ਵੀ ਨਹੀਂ, ਪਹਿਲਾਂ ਸਪੋਰਟ ਜ਼ਰੂਰੀ। ਨੰਬਰ 2 ਕਿ ਜਿਸ ਬੱਚੇ ਦੀ ਫਿਜ਼ੀਕਲ ਫਿੱਟ ਆ ਉਹ ਦਿਮਾਗੀ ਵੀ ਉਹੀ ਬੱਚਾ ਫਿੱਟ ਹੋਊ। ਅਤੇ ਇਸ ਕਰਕੇ ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਸੋਚਣ ਦੀ ਗੱਲ ਆ, ਬੱਚਾ ਕਿਸ ਤਰ੍ਹਾਂ ਲੱਗਦਾ ਇਹਦੇ ਵਿੱਚ, ਨਸ਼ਿਆਂ ਦੇ ਵਿੱਚ ਕਿੱਦਾਂ ਲੱਗਦਾ, ਸਾਡੇ ਮਾਂ ਪਿਓ ਦੀ ਉਹਦੀ ਹੈ ਹੀ ਨਹੀਂ ਗਾ। ਮਾਂ ਪਿਓ ਨੂੰ ਚਾਹੀਦਾ ਆ ਉਹਨੂੰ ਗਾਈਡ ਕਰਨ, ਬੱਚਾ ਇਹ ਕਰਨਾ ਹੈ ਕਿ ਉਹ ਕਲੀਅਰ ਹੋਣਾ ਚਾਹੀਦਾ ਬੱਚੇ ਦੀ ਤਦ ਅਸੀਂ, ਔਰ ਮਾਂ ਪਿਓ ਨੂੰ ਵੀ ਚਾਹ ਗਰੀਬ ਆ, ਹੈਲਪ ਕਰਨੀ ਚਾਹੀਦੀ ਉਹਦੇ। NRI ਵੀਰ ਸਾਡੇ ਹੈਲਪ ਕਰਨ ਨੂੰ ਤਿਆਰ ਆ, ਬੱਚਾ ਅੱਛਾ ਵਧੀਆ ਹੋਵੇ ਅਤੇ ਉਹ ਬਹੁਤ ਹੈਲਪ ਕਰਦੇ ਆ। ਸਕੂਲ ਦੇਖੋ, ਸਾਡੇ ਸਕੂਲ ਦਾ ਕੰਮ ਇਹਨਾਂ ਇੱਧਰ NRI ਵੀਰ ਕਰ ਰਹੇ ਆ, ਗੁਰੂ ਗਰੀਬ ਨਿਵਾਜ਼ ਸੁਸਾਇਟੀ ਉਹ ਕਰ ਰਹੀ ਆ, 15 ਲੱਖ ਇਹ ਸਕੂਲੇ ਲਾਤਾ, ਉਹ ਹੁਣ 5 ਲੱਖ ਉਹ ਸਕੂਲੇ ਲਾਤਾ। NRI ਵੀਰਾਂ ਦਾ ਬਹੁਤ ਸਹਿਯੋਗ ਆ। ਫਿਰ ਕਿਸੇ
ਬੱਚੀ ਦਾ ਵਿਆਹ ਸ਼ਾਦੀ ਹੋਣੀ ਆ ਉੱਥੇ ਉਹ ਦਿੰਦੇ, ਤਾਂ ਇਸ ਕਰਕੇ ਮੇਰੀ ਇਹੀ ਬੇਨਤੀ ਆ, ਬਹੁਤ ਜ਼ਰੂਰੀ ਆ, ਸਪੋਰਟਸ ਬਹੁਤ ਜ਼ਰੂਰੀ ਆ। ਧੰਨਵਾਦ ਜੀ। ਪਰਮਜੀਤ ਸਿੰਘ ਜੀ, ਤੁਸੀਂ ਤਾਂ ਐਂ ਵੀ ਬਾਹਰੋਂ ਆ ਇੰਗਲੈਂਡ ਤੋਂ ਹੀ, ਅਤੇ ਤੁਸੀਂ ਕਿਉਂਕਿ ਐੱਨ ਆਰ ਆਈ ਵੀਰਾਂ ਦਾ ਸਹਿਯੋਗ ਅਤੇ ਨਗਰ ਨਿਵਾਸੀਆਂ ਦਾ ਸਹਿਯੋਗ, ਤੁਹਾਡੇ ਦਿਮਾਗ 'ਚ ਕੀ ਆ ਕਿ ਕੀ ਹੋਣਾ ਚਾਹੀਦਾ? ਪਿਛਲੇ 8 ਸਾਲ ਤੋਂ ਟੂਰਨਾਮੈਂਟ ਹਰੇਕ ਸਾਲ ਵਧੀਆ ਤੋਂ ਵਧੀਆ ਹੁੰਦਾ, ਇਹਦੇ ਵਿੱਚ ਜੀ ਸਪੋਰਟਸ ਸਾਡੇ ਪਿੰਡ ਦੀ ਕਮੇਟੀ ਆ ਉਹ ਕਾਫੀ ਉਤਸ਼ਾਹ ਲੈਂਦੀ ਆ, ਤਾਂ ਬਾਕੀ ਵੀ ਜਿੰਨੇ ਬੰਦੇ ਆਪਾਂ ਨਾਲ ਗੱਲਬਾਤ ਕਰਦੇ ਸੀ ਸਾਰਿਆਂ ਦਾ ਬਹੁਤ ਇੰਟਰਸਟ ਆ ਇਹਦੇ ਵਿੱਚ, ਤਾਂ ਇਸ ਕਰਕੇ ਅਸੀਂ ਵੀ ਜਿੱਦਾਂ ਆ ਕੇ, ਮੈਂ ਤਾਂ 8 ਸਾਲ ਤੋਂ ਇੱਥੇ ਆਉਣਾ, ਹਰੇਕ ਸਾਲ ਹੀ ਆਉਣਾ, ਤਾਂ ਟੂਰਨਾਮੈਂਟ ਕਰਾਈਦਾ, ਉਹ ਮੇਰੀ ਡਿਊਟੀ ਲਾਈਊਆ ਉਹਨਾਂ ਨੂੰ, ਤੂੰ ਇਸ ਮਹੀਨੇ ਜਾਣਾ ਹੀ ਜਾਣਾ, ਤਾਂ ਜਾ ਕੇ ਫਿਰ ਸਾਨੂੰ ਸਾਰੀ ਇਨਫੋਰਮੇਸ਼ਨ ਜਿੰਨੀ ਵੀ ਆ ਉਹਨਾਂ ਨੂੰ ਦੇਣੀ। ਗਰਮੀਆਂ ਨੂੰ ਉਹ ਆਉਂਦੇ ਤੇ ਤੁਹਾਨੂੰ ਸਿਆਲ ਨੂੰ ਮੈਨੂੰ ਭੇਜ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ ਗੁਰਜੀਤ ਸਿੰਘ ਜੀ, ਕ੍ਰਾਈਮ ਬ੍ਰਾਂਚ ਦੇ ਵਿੱਚ ਤੁਸੀਂ ਕੰਮ ਕਰਦੇ ਆ, ਮਤਲਬ ਜੋਬ ਕਰਦੇ ਆ, ਅਤੇ ਸਪੋਰਟਸ ਕਿਉਂ ਜ਼ਰੂਰੀ ਆ ਤਾਂ ਪਿੰਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਜੀ? ਸਾਡੇ ਪਿੰਡ ਦੇ ਜੀ ਐੱਨ ਆਰ ਆਈ ਭਰਾ ਅਤੇ ਸਾਡੇ ਯੰਗ ਬੱਚਿਆਂ ਦਾ ਬੜਾ ਸਹਿਯੋਗ ਹੈ ਇਹਦੇ ਵਿੱਚ, ਸਪੋਰਟਸ ਦੇ ਵਿੱਚ ਸਪੋਰਟ ਜ਼ਰੂਰੀ ਹੈ, ਇਸ ਕਰਕੇ ਜ਼ਰੂਰੀ ਆ। ਇੱਕ ਤਾਂ ਬੱਚੇ ਜਿਹੜੇ ਤੋਂ ਨਸ਼ਿਆਂ ਤੋਂ ਬਚਦੇ ਜੀ, ਇੱਕ ਜਿਹੜਾ ਇਹ ਫੀਲਡ ਆ ਇਹਦੇ ਨਾਲ ਤੁਹਾਡਾ ਨੌਕਰੀਆਂ ਦਾ ਚਾਂਸ ਆ, ਸਾਰਾ ਕੁਛ ਆ। ਹੁਣ ਜਿੰਨਾ ਆਪਣਾ ਇੰਡੀਆ ਦੇ ਵਿੱਚ ਮੈਕਸੀਮਮ ਸਪੋਰਟਸ ਜਿਹੜੇ ਪੈਸੇ ਇਹਦੇ ਵਿੱਚ ਹੀ ਆ, ਸਪੋਰਟਸ 'ਚ ਆ। ਸਪੋਰਟਸ ਆਉਣ ਵਾਲੇ ਸਮੇਂ 'ਚ ਬਹੁਤ ਜ਼ਰੂਰੀ ਹੈ। ਜਿਹੜੀ ਇੱਕ ਪੜ੍ਹਾਈ ਆ ਉਹ ਕਾਫੀ ਮਹਿੰਗੀ ਆ, ਆਪਣੇ ਬੱਚੇ ਜ਼ਿਆਦਾ ਉੱਧਰ ਨੂੰ ਨਿਕਲ ਨਹੀਂ ਸਕਦੇ, ਇੰਨੀ ਆਊਟਸਟੈਂਡਿੰਗ ਪੜ੍ਹਾਈ ਕਰ ਵੀ ਨਹੀਂ ਸਕਦੇ। ਇੱਕ ਸਪੋਰਟਸ ਇਹੋ ਜਿਹਾ ਜਿਹੜੀ ਆਪਣੀ ਰੋਜ਼ੀ ਰੋਟੀ ਕਮਾਉਣ ਦਾ, ਅਤੇ ਜਿਹੜੇ ਮੇਨ ਜਿਹੜੇ ਅਸੀਂ ਮੂਹਰੇ ਮਾਡਲ ਗੜੇ ਹਾਂ, ਅਸੀਂ ਸਪੋਰਟਸ ਦੇ ਬੇਸ 'ਤੇ ਇਸ ਵੇਲੇ ਡੀ ਐੱਸ ਪੀ ਹਾਂ, ਸਾਡੇ ਸਰਦਾਰ ਵਰਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ, ਗੁਰਮੀਤ ਸਿੰਘ ਜੀ, ਬੜੇ ਪਲੇਅਰ ਇਹ ਤੋਂ ਪੈਦਾ ਹੋਏ, ਇਸ ਕਰਕੇ ਸਪੋਰਟਸ ਦਾ ਕੰਪਲਸਰੀ ਹੈ ਬੱਚਿਆਂ ਲਈ। ਠੀਕ ਜੀ, ਧੰਨਵਾਦ ਜੀ। ਆਵਾਜ਼ ਕੌਮ ਦੇ ਦਰਸ਼ਕੋ, ਇਹ ਸਨ ਨਗਰ ਨਿਵਾਸੀ ਅਤੇ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ। ਭਾਅ ਜੀ ਤੁਸੀਂ ਕਹਿਣ ਕੋ? ਹਾਂਜੀ, ਅਤੇ ਮੈਂ ਰਘਵੀਰ ਸਿੰਘ, ਮੇਰੇ ਨਾਲ ਕੈਮਰਾਮੈਨ ਪ੍ਰਗਟ ਸਿੰਘ, ਜਿਨ੍ਹਾਂ ਨੇ ਇਹ ਗੱਲਬਾਤ ਸਾਰਿਆਂ ਨੇ ਕੀਤੀ ਆ। ਕਹਿਣ ਦਾ ਭਾਵ ਇਹੀ ਆ, ਜਿਹੜਾ 25, 26 ਅਤੇ 27 ਤਰੀਕ ਨੂੰ ਟੂਰਨਾਮੈਂਟ ਹੋ ਰਿਹਾ ਆ ਹਾਕੀ ਅਤੇ ਵਾਲੀਬਾਲ ਦਾ, ਉਹਦੇ ਵਿੱਚ ਹੁੰਮ ਹੁੰਮਾ ਕੇ ਆ ਕੇ ਜਿਹੜੇ ਸਪੋਰਟਸ ਕਰਦੇ ਆ ਬੱਚੇ ਜੋ ਵੀ ਕਰਦੇ ਆ, ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ, ਅਤੇ ਨਾਲ ਇੱਕ ਪ੍ਰਣ ਕਰੀਏ ਕਿ ਆਪਾਂ ਹਰੇਕ ਪਿੰਡ ਦੇ ਵਿੱਚ ਇਹੋ ਜਿਹੀਆਂ ਖੇਡਾਂ ਕਰਾਈਏ ਜਿਨ੍ਹਾਂ ਤੋਂ ਉਤਸ਼ਾਹਿਤ ਹੋ ਕੇ ਬੱਚੇ ਜਿੱਥੇ ਪੜ੍ਹਾਈ ਦੇ ਨਾਲ ਜਾਣ ਅਤੇ ਉੱਥੇ ਖੇਡਾਂ ਦੇ ਨਾਲ ਵੀ ਜਾਣ। ਸੋ ਇੱਥੇ ਹੀ ਖਿਮਾ ਦੇ ਜਾਚਕਾਂ, ਦੇਖਦੇ ਰਹੋ ਅਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ।